ਅੰਦਰ ਚਿਪਕ ਗਈ ਤੇ ਉਸ ਤੋਂ ਬਾਅਦ ਬੱਚੇ ਤੋਂ ਸਾਹ ਨਹੀਂ ਲਿਆ ਜਾ ਰਿਹਾ ਸੀ ਮਾਪੇ ਜਿਹੜੇ ਨੇ ਬੜੀ ਕੋਸ਼ਿਸ਼ ਕਰਦੇ ਨੇ ਕਿ ਬੱਚੇ ਨੂੰ ਕੀ ਹੋ ਗਿਆ ਇਸ ਦਾ ਹੱਲ ਕੱਢਿਆ ਜਾਏ ਪਾਣੀ ਪਲਾਂਣ ਦੀ ਕੋਸ਼ਿਸ਼ ਕਰਦੇ ਨੇ ਪਰ ਦਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਗੁਰਦੀਪ ਕੌਰ ਵੱਡੀ ਖਬਰ ਆਈ ਹੈ ਇੱਕ ਨਿੱਕੇ ਜਿਹੇ ਮਾਸੂਮ ਨੇ ਟੌਫੀ ਦੇ ਕਰਕੇ ਦਮ ਤੋੜ ਦਿੱਤਾ 4 ਸਾਲ ਦੇ ਜਵਾਕ ਦੀ ਮੌਤ ਹੋ ਜਾਂਦੀ ਹੈ ਦਰਸਲ ਉਹ ਨਿੱਕੀ ਜਿਹੀ ਟੌਫੀ ਉਸ ਬੱਚੇ ਦੇ ਗਲੇ ਦੇ ਵਿੱਚ ਅਟਕ ਗਈ ਤੇ ਜਿਸ ਤੋਂ ਬਾਅਦ ਬੱਚੇ ਤੋਂ ਸਾਹ ਲੈਣਾ ਵੀ ਇੰਨਾ ਜ਼ਿਆਦਾ ਔਖਾ ਹੋ ਗਿਆ ਕਿ ਬੱਚੇ ਨੇ ਇਸ ਦੁਨੀਆ ਨੂੰ ਹੀ ਛੱਡ ਦਿੱਤਾ ਬੱਚੇ ਦੀ ਮੌਤ ਹੋ ਜਾਂਦੀ ਹੈ ਦਰਸਲ ਮੱਧ ਪ੍ਰਦੇਸ਼ ਦੇ इंदौर ਦਾ ਪੂਰਾ ਮਾਮਲਾ ਹੈ ਜਿੱਥੇ ਮਾਪਿਆਂ ਨੂੰ ਜਦੋਂ ਪਤਾ ਲੱਗਾ ਕਿ ਸਾਹਮਣੇ ਪਏ ਜਵਾਕ ਨੇ ਦਮ ਤੋੜ ਦਿੱਤਾ ਹੈ ਜਾਂ ਬੱਚੇ ਦੇ ਗਲੇ ਦੇ ਵਿੱਚ ਕੋਈ ਔਖਾ ਰਹੀ ਹੈ ਬੱਚੇ ਤੋਂ ਸਾਹ ਨਹੀਂ ਲਿਆ ਜਾ ਰਿਹਾ ਤਾਂ ਮਾਪੇ ਉਸ ਬੱਚੇ ਨੂੰ ਬਚਾਉਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਨੇ ਤੇ ਜਿਸ ਤੋਂ ਬਾਅਦ ਕਦੇ ਇੱਕ ਹਸਪਤਾਲ ਕਦੇ ਦੂਸਰੇ ਹਸਪਤਾਲ ਲਗਾਤਾਰ ਭੱਜਦੇ ਨੇ ਕਿ ਉਹਨਾਂ ਦੀ ਔਲਾਦ ਜਿਹੜੀ ਹੈ ਬਚ ਜਾਏ ਪੂਰੀਆਂ ਕੋਸ਼ਿਸ਼ਾਂ ਕਰਦੇ ਨੇ ਪਰ ਉਹ ਬੱਚਾ ਬਚ ਨਹੀਂ ਪਾਉਂਦਾ ਤੇ ਜਿਸ ਤੋਂ ਬਾਅਦ ਉਸ ਬੱਚੇ ਦੀ ਗਲੇ ਦੇ ਵਿੱਚ ਟੌਫੀ ਫਸਣ ਦੇ ਨਾਲ ਮੌਤ ਹੋ ਜਾਂਦੀ ਹੈ ਦਰਸਲੇ ਜਵਾਕ ਜਦੋਂ ਟੌਫੀ ਖਾਂਦਾ ਹੈ ਤਾਂ ਅਚਾਨਕ ਗਲੇ ਦੇ ਵਿੱਚ ਅੰਦਰ ਚਿਪਕ ਗਈ ਤੇ ਜਿਸ ਤੋਂ ਬਾਅਦ ਬੱਚੇ ਤੋਂ ਸਾਹ ਨਹੀਂ ਲਿਆ ਜਾ ਰਿਹਾ ਸੀ ਮਾਪੇ ਜਿਹੜੇ ਨੇ ਬੜੀ ਕੋਸ਼ਿਸ਼ ਕਰਦੇ ਨੇ ਕਿ ਬੱਚੇ ਨੂੰ ਕੀ ਹੋ ਗਿਆ ਇਸ ਦਾ ਹੱਲ ਕੱਢਿਆ ਜਾਏ ਪਾਣੀ ਪੁਲਾਣ ਦੀ ਕੋਸ਼ਿਸ਼ ਕਰਦੇ ਨੇ ਪਰ ਬੱਚਾ ਜਿਹੜਾ ਹੈ ਥਾਂ ਹੀ ਸਾਹ ਲੈਣ ਦੇ ਵਿੱਚ ਇੰਨੀ ਜ਼ਿਆਦਾ ਔਕ ਹੋਈ ਕਿ ਉਸ ਦੀ ਮੌਤ ਹੁੰਦੀ ਹੈ ਉਹ ਤੋੜਨ ਲੱਗਦੇ ਆ ਤਾਂ ਜਦੋਂ ਮਾਪੇ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਭੱਜਦੇ ਨੇ ਤਾਂ ਰਾਹ ਦੇ ਵਿੱਚ ਵੀ ਉਸ ਬੱਚੇ ਤੋਂ ਨਹੀਂ ਸਹਾਰਿਆ ਜਾਂਦਾ ਇੰਨਾ ਦੁੱਖ ਤੇ ਬੱਚੇ ਦੀ ਮੌਤ ਹੋ ਗਈ 3 ਘੰਟੇ ਤੜਫਦਾ ਰਿਹਾ ਇਹ ਵੀ ਜਾਣਕਾਰੀ ਆਈ ਹੈ ਤੇ ਜਿਸ ਤੋਂ ਬਾਅਦ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਹਸਪਤਾਲ ਵਾਲੇ ਜਿਹੜੇ ਲਗਾਤਾਰ ਮੋੜ ਰਹੇ ਸੀ ਤੇ ਇੰਨਾ ਜ਼ਿਆਦਾ ਟਾਈਮ ਲੱਗ ਗਿਆ ਕਿ ਬੱਚੇ ਨੂੰ ਬਚਾਉਣਾ ਹੀ ਇੰਨਾ ਮੁਸ਼ਕਿਲ ਹੋ ਗਿਆ ਬੱਚੇ ਨੇ ਜਿਹੜਾ ਦਮ ਤੋੜ ਦਿੱਤਾ ਮਾਧ ਪ੍ਰਦੇਸ਼ ਦੇ ਵਿੱਚ ਹੁਣ ਮਾਪੇ ਜਿਹੜੇ ਨੇ ਜਿਹੜੀ ਟੌਫੀ ਕੰਪਨੀ ਆ ਉਸ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਰਹੇ ਨੇ ਜਿਸ ਟੌਫੀ ਨੇ ਉਹਨਾਂ ਦੇ ਬੱਚੇ ਦੀ ਜਾਨ ਲੈ ਲਈ ਕਹਿਣ ਨੂੰ ਤਾਂ 1 ਰੁਪਏ ਦੀ ਟੌਫੀ ਸੀ ਪਰ ਉਹਨਾਂ ਦੀ ਹਮੇਸ਼ਾ ਉਮਰ ਪਰ ਕੋਲ ਰਹਿਣ ਵਾਲੀ ਔਲਾਦ ਜਿਹੜੀ ਹੈ ਉਹਨਾਂ ਮਾਪਿਆਂ ਦੇ ਕੋਲ ਨਹੀਂ ਬੱਚੀ ਹੈ ਸੋ ਤੁਸੀਂ ਕਿਵੇਂ ਦੇਖਦੇ ਹੋ ਜ਼ਰੂਰ ਦੱਸੋ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਗੁਰਦੀਪ ਕੌਰ ਵੱਡੀ ਖਬਰ ਆਈ ਹੈ ਇੱਕ ਨਿੱਕੇ ਜਿਹੇ ਮਾਸੂਮ ਨੇ ਟੌਫੀ ਦੇ ਕਰਕੇ ਦਮ ਤੋੜ ਦਿੱਤਾ 4 ਸਾਲ ਦੇ ਜਵਾਕ ਦੀ ਮੌਤ ਹੋ ਜਾਂਦੀ ਹੈ ਦਰਸਲ ਉਹ ਨਿੱਕੀ ਜਿਹੀ ਟੌਫੀ ਉਸ ਬੱਚੇ ਦੇ ਗਲੇ ਦੇ ਵਿੱਚ ਅਟਕ ਗਈ ਤੇ ਜਿਸ ਤੋਂ ਬਾਅਦ ਬੱਚੇ ਤੋਂ ਸਾਹ ਲੈਣਾ ਵੀ ਇੰਨਾ ਜ਼ਿਆਦਾ ਔਖਾ ਹੋ ਗਿਆ ਕਿ ਬੱਚੇ ਨੇ ਇਸ ਦੁਨੀਆ ਨੂੰ ਹੀ ਛੱਡ ਦਿੱਤਾ ਬੱਚੇ ਦੀ ਮੌਤ ਹੋ ਜਾਂਦੀ ਹੈ ਦਰਸਲ ਮੱਧ ਪ੍ਰਦੇਸ਼ ਦੇ ਦੋਰਦਾਪੁਰਾ ਮਾਮਲਾ ਹੈ ਜਿੱਥੇ ਮਾਪਿਆਂ ਨੂੰ ਜਦੋਂ ਪਤਾ ਲੱਗਾ ਕਿ ਸਾਹਮਣੇ ਪਏ ਜਵਾਕ ਨੇ ਦਮ ਤੋੜ ਦਿੱਤਾ ਹੈ ਜਾਂ ਬੱਚੇ ਦੇ ਗਲੇ ਦੇ ਵਿੱਚ ਕੋਈ ਔਖ ਆ ਰਹੀ ਹੈ ਬੱਚੇ ਤੋਂ ਸਾਹ ਨਹੀਂ ਲਿਆ ਜਾ ਰਿਹਾ ਤਾਂ ਮਾਪੇ ਉਸ ਬੱਚੇ ਨੂੰ ਬਚਾਉਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਨੇ ਤੇ ਜਿਸ ਤੋਂ ਬਾਅਦ ਕਦੇ ਇੱਕ ਹਸਪਤਾਲ ਕਦੇ ਦੂਸਰੇ ਹਸਪਤਾਲ ਲਗਾਤਾਰ ਭੱਜਦੇ ਨੇ ਕਿ ਉਹਨਾਂ ਦੀ ਔਲਾਦ ਜਿਹੜੀ ਹੈ ਬਚ ਜਾਏ ਪੂਰੀਆਂ ਕੋਸ਼ਿਸ਼ਾਂ ਕਰਦੇ ਨੇ ਪਰ ਉਹ ਬੱਚਾ ਬਚ ਨਹੀਂ ਪਾਉਂਦਾ ਤੇ ਜਿਸ ਤੋਂ ਬਾਅਦ ਉਸ ਬੱਚੇ ਦੀ ਗਲੇ ਦੇ ਵਿੱਚ ਟੌਫੀ ਫਸਣ ਦੇ ਨਾਲ ਮੌਤ ਹੋ ਜਾਂਦੀ ਹੈ ਦਰਸਲੇ ਜਵਾਕ ਜਦੋਂ ਟੌਫੀ ਖਾਂਦਾ ਹੈ ਤਾਂ ਅਚਾਨਕ ਗਲੇ ਦੇ ਵਿੱਚ ਅੰਦਰ ਚਿਪਕ ਗਈ ਤੇ ਜਿਸ ਤੋਂ ਬਾਅਦ ਬੱਚੇ ਤੋਂ ਸਾਹ ਨਹੀਂ ਲਿਆ ਜਾ ਰਿਹਾ ਸੀ ਮਾਪੇ ਜਿਹੜੇ ਨੇ ਬੜੀ ਕੋਸ਼ਿਸ਼ ਕਰਦੇ ਨੇ ਕਿ ਬੱਚੇ ਨੂੰ ਕੀ ਹੋ ਗਿਆ ਇਸ ਦਾ ਹੱਲ ਕੱਢਿਆ ਜਾਏ ਪਾਣੀ ਪਲਾਂਣ ਦੀ ਕੋਸ਼ਿਸ਼ ਕਰਦੇ ਨੇ ਪਰ ਬੱਚਾ ਜਿਹੜਾ ਹੈ ਥਾਂ ਹੀ ਸਾਹ ਲੈਣ ਦੇ ਵਿੱਚ ਇੰਨੀ ਜ਼ਿਆਦਾ ਔਖ ਹੋਈ ਕਿ ਉਸ ਦੀ ਮੌਤ ਹੁੰਦੀ ਹੈ ਤੋਂੜਨ ਲੱਗਦੇ ਆ ਤਾਂ ਜਦੋਂ ਮਾਪੇ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਭੱਜਦੇ ਨੇ ਤਾਂ ਰਾਹ ਦੇ ਵਿੱਚ ਵੀ ਉਸ ਬੱਚੇ ਤੋਂ ਨਹੀਂ ਸਹਾਰਿਆ ਜਾਂਦਾ ਇੰਨਾ ਦੁੱਖ ਤੇ ਬੱਚੇ ਦੀ ਮੌਤ ਹੋ ਗਈ 3 ਘੰਟੇ ਤੜਫਦਾ ਰਿਹਾ ਇਹ ਵੀ ਜਾਣਕਾਰੀ ਆਈ ਹੈ ਤੇ ਜਿਸ ਤੋਂ ਬਾਅਦ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਹਸਪਤਾਲ